ਜੈ ਸਾਈਂ ਜੀ ਦੀ ਰੱਬ ਇੱਕ ਜੈ ਸਾਈਂ ਜੀ 786 ਐਸ ਏ ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਆ ਉਹ ਮਿਲਦੀ ਰਹੇ। ਬਾਬਾ ਜੀ ਜਨਮ ਦਿਹਾੜੇ ਦੀਆਂ ਮੁਬਾਰਕਾਂ, ਸਾਈਂ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਜੀ। ਸੋ ਅੱਜ ਗੱਲ ਕਰਾਂਗੇ ਕਿ ਜੇਕਰ ਬੰਦੇ ਦਾ ਯਕੀਨ ਪੱਕਾ ਹੋਵੇ, ਯਕੀਨ ਪੱਕਾ ਹੋਵੇ ਤਾਂ ਅੱਜ ਕੀ ਕੱਲ ਕੀ ਉਹ ਸਬਰ ਪਰਖ ਕੇ ਆਉਂਦਾ ਜ਼ਰੂਰ ਹੈ। ਬਾਬਾ ਜੀ ਜਿੱਦਾਂ ਮਹਿਫਲ ਇਕਬਾਲ ਦੇ ਵਿੱਚ ਗੱਲ ਕੀਤੀ, ਕਹਿੰਦੇ ਇੱਕ ਬੰਦਾ ਜਿਹੜਾ ਬੜੇ ਗਰੀਬੀ ਦਾਵੇ ਦੇ ਵਿੱਚ ਦਿਨ ਕੱਟ ਰਿਹਾ ਹੈ, ਹੁਣ ਘਰ ਔਲਾਦ ਵੀ ਹੈ, ਪਤਨੀ ਵੀ ਹੈ, ਸੱਚਾ ਬਹੁਤ ਹੈ ਕਿਉਂਕਿ ਉਸ ਖੁਦਾ ਨਾਲ ਮੁਹੱਬਤ ਕਰਦਾ, ਸੱਚੇ ਸਾਈਂ ਨਾਲ ਪਿਆਰ ਕਰਦਾ ਅਤੇ ਸੱਚਾ, ਅਤੇ ਸੱਚੇ ਦੀ ਕਦਰ ਕੋਈ ਸੱਚਾ ਹੀ ਪਾ ਸਕਦਾ। ਬਾਬਾ ਜੀ ਹੁਣ ਸੱਚਾ ਇਨਸਾਨ ਜਦੋਂ ਕਿਤੇ ਕੰਮ ਕਰਨ ਜਾਂਦਾ ਤਾਂ ਸੱਚ ਬੋਲਦਾ, ਅਤੇ ਜਿਹੜੇ ਝੂਠੇ ਹੁੰਦੇ ਉਹਨਾਂ ਨੂੰ ਸੱਚਾ ਚੰਗਾ ਨਹੀਂ ਲੱਗਦਾ, ਉਹ ਆਪਸ ਦੇ ਵਿੱਚ ਬਣਦੀ ਘੱਟ ਹੈ। ਜੇ ਸੱਚਾ ਕਹੇ ਜਿਹਨੂੰ ਦੇਖ ਸੱਚੇ ਨੂੰ ਦੇਖਦਾ ਹੁੰਦਾ ਕਿ ਭਾਈ ਆਹ ਚੀਜ਼ ਦੇ ਨਾਲ ਇੱਦਾਂ ਹੋ ਜਾਣਾ, ਇਹ ਚੀਜ਼ ਸਹੀ ਨਹੀਂ ਹੈ, ਝੂਠਾ ਉੱਧਰ ਨੂੰ ਤੁਰਿਆ ਫਿਰਦਾ ਕਿਉਂਕਿ ਲਾਲਚ ਅੱਖਾਂ 'ਤੇ ਪਰਦਾ ਪਾ ਦਿੰਦਾ। ਇਸ ਲਈ ਫਿਰ ਸੱਚੇ ਦੀ ਝੂਠੇ ਨਾਲ ਬਣਦੀ ਘੱਟ ਹੈ, ਉਹਨੂੰ ਕੰਮ ਨਹੀਂ ਮਿਲਦਾ। ਬਾਬਾ ਜੀ ਉਸ ਬੰਦੇ ਨੂੰ ਕੰਮ ਨਾ ਮਿਲਿਆ, ਹੁਣ ਭੁੱਖੇ ਭਾਣੇ ਘਰ ਵਾਲੀ ਵੀ ਬੱਚੇ ਵੀ ਕਰੇਗੀ, ਔਰ ਕੁਛ ਮਾਲਕ ਸਬਰ ਪਰਖ ਰਿਹਾ ਉਹਦਾ। ਜੇ ਕੁਛ ਲੈ ਕੇ ਵੀ ਆਉਂਦਾ ਉਹ ਜਾਂ ਤਾਂ ਖਰਾਬ ਹੋ ਜਾਂਦਾ ਜਾਂ ਕੁਛ ਐਸਾ ਹਾਲ ਹੋ ਜਾਂਦਾ ਵੀ ਉਹ ਖਾਣ ਜੋਗਾ ਨਹੀਂ ਰਹਿੰਦਾ। ਹੁਣ ਘਰ ਵਾਲੀ ਕਹਿੰਦੀ ਕਿ ਭਾਈ ਕੋਈ ਕੰਮ ਕਾਜ ਕਰ ਲੈ, ਉਹ ਕਹਿੰਦਾ ਵੀ ਮੈਂ ਜਿੱਥੇ ਜਾਂਦਾ ਮੈਨੂੰ ਠੋਕਰਾਂ ਹੀ ਮਿਲਦੀ। ਉਹ ਕਹਿੰਦੇ ਕੋਈ ਕੰਮ ਕਾਜ ਕਰ ਲੈ, ਉਹ ਫਿਰ ਕਹਿੰਦਾ ਕਿ ਮੈਂ ਜਿੱਥੇ ਵੀ ਜਾਂਦਾ ਮੈਨੂੰ ਠੋਕਰਾਂ ਹੀ ਮਿਲਦੀਆਂ, ਮੈਂ ਕੀ ਕਰਾਂ। ਹੁਣ ਪਰੇਸ਼ਾਨ ਬਹੁਤ ਹੈ, ਪਰੇਸ਼ਾਨ ਹੈ ਕਿ ਕਰੇ ਕੀ, ਵੀ ਜੇ ਕੁਛ ਕਰਦਾ ਵੀ ਆ ਉਹ ਖਰਾਬ ਹੋ ਜਾਂਦਾ, ਜੇ ਕਿਤੇ ਜਾਣਾ ਆ ਤਾਂ ਸੱਚਾਈ ਕਰਕੇ ਠੋਕਰ ਮਿਲ ਜਾਂਦੀ ਹੈ। ਬਾਬਾ ਬੁੱਲੇ ਸ਼ਾਹ ਵਾਲੀ ਗੱਲ ਹੈ ਨਾ ਵੀ ਜੇ ਸੱਚ ਬੋਲਾਂ ਤਾਂ ਭਾਂਬੜ ਮੱਚਦਾ, ਝੂਠ ਆਖਿਆ ਤਾਂ ਕੁਛ ਨਾ ਬਚਦਾ, ਕਿਉਂਕਿ ਜੇ ਸੱਚੇ ਨਾਲ ਲਾਈ ਹੈ ਯਾਰੀ ਅਤੇ ਫਿਰ ਜੇ ਝੂਠ ਬੋਲਿਆ ਹੈ ਤਾਂ ਬਾਬਾ ਜੀ ਫਿਰ ਸੱਚਾ ਹੀ ਚਲੇ ਜਾਣਾ ਹੈ। ਉਹਨੇ ਕਹਿਣਾ ਭਾਈ ਹੁਣ ਤੂੰ ਝੂਠੇ ਵਾਲਿਆਂ ਹੋ ਗਿਆ, ਰਾਹ ਸਾਡਾ ਅਲੱਗ ਹੋ ਗਿਆ। ਹੁਣ ਨਿਕਲ ਜਾਂਦਾ ਜੰਗਲਾਂ ਨੂੰ, ਇਬਾਦਤ ਕਰਦਾ ਹੈ, ਯਾ ਮੀਰਾ ਗੌਸਲ ਆਜ਼ਮ, ਯਾ ਸਾਈਂ ਲਾਡੀ ਸ਼ਾਹ, ਯਾ ਬਾਬਾ ਮੁਰਾਦ ਸ਼ਾਹ ਵਾਲੀ। ਹੁਣ ਨਿਕਲ ਜੰਗਲਾਂ ਨੂੰ ਗਿਆ ਹੈ ਇਬਾਦਤ ਕਰਦਾ, ਪਰ ਘਰ ਝੂਠ ਕਹਿ ਗਿਆ ਕਿ ਮੈਂ ਜਾਣਾ ਕਿਤੇ ਦਿਹਾੜੀ ਜੋਤਾ ਮਿਲਦਾ ਹੈ ਤਾਂ ਮੈਂ ਲੈ ਕੇ ਆਉਂਦਾ। ਹੁਣ ਪਹਿਲਾਂ ਗਿਆ ਵੀ ਪਰ ਕੋਈ ਕਿਸੇ ਨੇ ਫਿਰ ਨਹੀਂ ਕੰਮ 'ਤੇ ਰੱਖਿਆ, ਉਹ ਫਿਰ ਪੰਗਾ ਪੈ ਗਿਆ। ਹੁਣ ਜੰਗਲਾਂ ਨੂੰ ਨਿਕਲ ਜਾਂਦਾ ਇਬਾਦਤ ਦੇ ਵਿੱਚ, ਯਾ ਮੀਰਾ ਗੌਸਲ ਆਜ਼ਮ, ਜੈ ਬਾਬਾ ਮੁਰਾਦ ਸ਼ਾਹ ਵਾਲੀ, ਜੈ ਸਾਈਂ ਲਾਡੀ ਸ਼ਾਹ ਜੀ, ਅਲ ਮਦਦ ਯਾ ਗੌਸਲ ਆਜ਼ਮ ਦਸਤਗੀਰ ਜੀ। ਹੁਣ ਨਾਲ ਇਬਾਦਤ ਕਰ ਰਿਹਾ ਔਰ ਨਾਲ ਸੋਚੀ ਜਾ ਰਿਹਾ ਕਿ ਭਾਈ ਮੈਂ ਕਿੱਥੋਂ ਕੰਮ ਲੱਭਾਂ, ਕਿ ਜਿੱਥੇ ਜਾਣਾ ਹਾਂ ਮਾਲਕਾ ਉੱਥੋਂ ਠੋਕਰ ਵੱਜ ਜਾਂਦੀ ਹੈ, ਆਖਿਰ ਇਹ ਕੈਸਾ ਵਕਤ ਦਿਖਾ ਰਿਹਾ ਮੈਨੂੰ। ਹੁਣ ਸਾਈਆਂ ਦੇ ਪੀਰਾਂ ਫਕੀਰਾਂ ਦੇ ਅੱਲਾਹੂ ਵਾਹਿਗੁਰੂ ਰਾਮ ਯਾ ਫਰੀਦ ਹੱਕ ਫਰੀਦ ਨਾਰੇ ਮਾਰਦਾ ਪੀਰਾਂ ਫਕੀਰਾਂ ਦੇ ਅੰਦਰ ਹੀ ਮਨ ਦੇ ਵਿੱਚ ਤਾਂ ਸੋਚਦਾ ਜਾ ਰਿਹਾ ਕਿ ਮੈਂ ਕੀ ਕਰਾਂ। ਹੁਣ ਜਦੋਂ ਸ਼ਾਮ ਦਾ ਵਕਤ ਹੋਇਆ ਨਾ ਅਤੇ ਜਦੋਂ ਮਜ਼ਦੂਰ ਹੁਣ ਘਰਾਂ ਨੂੰ ਜਾਂਦੇ ਹੈ, ਜ਼ਰਾ ਗੌਰ ਕਰੋ, ਉਹ ਵੀ ਘਰ ਮੁੜਿਆ ਆਇਆ। ਬਾਬਾ ਜੀ ਜਦੋਂ ਘਰ ਮੁੜਿਆ ਆ ਅਤੇ ਮੁੜੇ ਆ ਕੇ ਘਰ ਦੇ ਵਿੱਚ ਦਸਤਕ ਦਿੱਤੀ, ਜਦੋਂ ਦਰਵਾਜ਼ੇ 'ਤੇ ਘਰ ਵਾਲੀ ਨਿਕਲੀ ਬਾਹਰ, ਹੱਥ ਅੱਗੇ ਕੀਤਾ ਲਿਆਓ ਦਿਹਾੜੀ ਜੀ। ਹੁਣ ਜ਼ਰਾ ਗੌਰ ਕਰੋ ਅੱਗੋਂ ਉਹ ਸਬਰ ਵਾਲਾ ਕੀ ਕਹਿੰਦਾ ਹੈ, ਕਹਿੰਦਾ ਭਾਗਵਾਨ ਨੇ ਜਿਹੜਾ ਮੇਰਾ ਮਾਲਕ ਹੈ ਨਾ ਉਹ ਬੜਾ ਹੀ ਚੰਗਾ, ਉਹਨੇ ਮੈਨੂੰ ਦੂਜੇ ਦਿਨ ਦਾ ਵੀ ਕੰਮ ਦੇ ਦਿੱਤਾ, ਕਹਿੰਦਾ ਵੀ ਦੋ ਦਿਨਾਂ ਦੀ ਦਿਹਾੜੀ ਤੂੰ ਇਕੱਠੀ ਲੈ ਜਾਈ।
ਹੁਣ ਦੂਸਰਾ ਦਿਨ ਚੜ੍ਹਿਆ, ਰਾਤ ਬੀਤ ਗਈ, ਦੂਜਾ ਦਿਨ ਚੜ੍ਹਿਆ, ਦੂਜੇ ਦਿਨ ਫਿਰ ਨਿਕਲ ਗਿਆ। ਹੁਣ ਫਿਰ ਜਦੋਂ ਸ਼ਾਮ ਦਾ ਵਕਤ ਹੋਇਆ, ਮਨ ਦੇ ਵਿੱਚ ਇਹੀ ਖਿਆਲ ਚੱਲ ਰਿਹਾ ਸਾਰਾ ਦਿਨ ਕਿ ਮਾਲਕਾ ਕੀ ਕਰਾਂ, ਕੋਈ ਕੰਮ ਨਹੀਂ ਮਿਲਦਾ, ਕਿੱਥੇ ਜਾਵਾਂ। ਫਿਰ ਵਾਪਸ ਆ ਜਾਂਦਾ ਹੈ ਜਦੋਂ ਸ਼ਾਮ ਪੈਂਦੀ ਹੈ, ਘਰ ਵਾਲੀ ਫਿਰ ਦਰਵਾਜ਼ਾ ਖੋਲ੍ਹਦੀ, ਹੱਥ ਅੱਗੇ ਲਿਆਓ ਜੀ ਦਿਹਾੜੀ। ਹੁਣ ਫਿਰ ਕਹਿੰਦਾ, ਜ਼ਰਾ ਗੌਰ ਕਰੋ ਕੀ ਕਹਿੰਦਾ, ਕਹਿੰਦਾ ਕਿ ਭਾਗਵਾਨ ਨੇ ਮੇਰੀ ਜਿਹੜਾ ਮਾਲਕ ਹੈ ਨਾ, ਉਹ ਬਹੁਤ ਹੀ ਚੰਗਾ, ਉਹਨੇ ਇੱਕ ਦਿਨ ਦਾ ਹੋਰ ਕੰਮ ਦਿੱਤਾ, ਕਹਿੰਦਾ ਤੂੰ 3 ਦਿਨਾਂ ਦੀ ਦਿਹਾੜੀ ਇਕੱਠੀ ਲੈ ਜਾਈਂ। ਹੁਣ ਜਦੋਂ ਤੀਜਾ ਦਿਨ ਆਇਆ, ਰਾਤ ਬੀਤੀ, ਤੀਸਰਾ ਦਿਨ ਆਇਆ, ਤੀਜੇ ਦਿਨ ਜਦੋਂ ਨਿਕਲ ਗਿਆ ਝੂਠ ਬੋਲ ਕੇ, ਹੁਣ ਜਾਂਦਾ ਹੈ, ਇਬਾਦਤ ਕਰਦਾ ਹੈ, ਅੱਖਾਂ 'ਚ ਹੰਝੂ ਹੈ, ਅੱਖਾਂ 'ਚ ਹੰਝੂ ਹੈ, ਉਹ ਰੋ ਰਿਹਾ ਹੈ ਔਰ ਕਹਿ ਰਿਹਾ ਹੈ ਆਪਣੇ ਮਾਲਕਾਂ ਨੂੰ, ਸਾਈਆਂ ਨੂੰ, ਦਾਤਿਆਂ ਨੂੰ ਕਹਿ ਰਿਹਾ ਹੈ, ਉਸ ਖੁਦਾ ਨੂੰ ਕਹਿ ਰਿਹਾ, ਕਹਿੰਦਾ ਰੱਬਾ, ਉਹ ਆ ਕਿਸ ਕਗਾਰ 'ਤੇ ਖੜ੍ਹਾ ਕਰ ਦਿੱਤਾ ਹੈ ਕਿ ਜ਼ਿੰਦਗੀ 'ਚ ਕਦੇ ਝੂਠ ਨਹੀਂ ਸੀ ਬੋਲਿਆ, ਅੱਜ ਝੂਠ ਬੋਲਣਾ ਪੈ ਰਿਹਾ ਹੈ, ਔਰ ਝੂਠ ਵੀ ਕਿਹਦੇ ਨਾਲ ਬੋਲ ਰਿਹਾ ਹਾਂ, ਆਪਣੀ ਹਮ ਸਫ਼ਰ ਨਾਲ, ਔਰ ਮੈਨੂੰ ਲੱਗਦਾ 3 ਦਿਨ ਹੋ ਗਏ ਝੂਠ ਬੋਲਦਿਆਂ, ਅੱਜ ਨਹੀਂ ਮੈਂ ਬਚਣਾ। ਜੇ ਕਿਤੇ ਉਹਨੇ ਇਹ ਕਹਿ ਦਿੱਤਾ ਵੀ ਚੱਲ ਦਿਖਾ ਕਿਹੜਾ ਤੇਰਾ ਮਾਲਕ ਹੈ, ਮੈਂ ਉਹਦੇ ਨਾਲ ਗੱਲ ਕਰਦੀ ਹਾਂ ਵੀ ਦਿਹਾੜੀ ਕਿਉਂ ਨਹੀਂ ਦਿੰਦਾ, ਅਤੇ ਮੈਂ ਕੀ ਕਰਾਂਗਾ। ਹੁਣ ਜੇ ਉਸਨੇ ਕਿਹਾ ਵੀ ਆਪਣੇ ਮਾਲਕਾਂ ਕੋਲ ਲੈ ਕੇ ਚੱਲੋ ਮੈਨੂੰ, ਮੈਂ ਜਾ ਕੇ ਪੁੱਛਦੀ ਹਾਂ ਵੀ ਕਿਉਂ 3 ਦਿਨਾਂ ਦੇ ਪੈਸੇ ਨਹੀਂ ਦੇ ਰਹੇ, ਉਹ ਸਾਡਾ ਹੱਕ ਬਣਦਾ ਹੈ। ਹੁਣ ਜਦੋਂ ਫਿਰ ਸ਼ਾਮ ਪਈ, ਵਾਪਸ ਆ ਰਿਹਾ, ਰੋਂਦਾ ਆ ਰਿਹਾ, ਹੱਥ ਕੰਬ ਰਹੇ ਹੈ, ਪੈਰ ਕੰਬ ਰਹੇ ਹੈ, ਪਹਿਲੀ ਵਾਰੀ ਝੂਠ ਬੋਲਿਆ, ਔਰ ਸੱਚ ਦੇ ਸਾਹਮਣੇ ਝੂਠ ਕਦੇ ਟਿਕਦਾ ਨਹੀਂ ਹੈ ਬਾਬਾ ਜੀ। ਹੁਣ ਜਦੋਂ ਘਰ ਆਇਆ, ਦਰਵਾਜ਼ੇ 'ਤੇ ਦਸਤਕ ਦਿੱਤੀ, ਕਿਸੇ ਨੇ ਖੋਲ੍ਹਿਆ ਨਹੀਂ, ਆਪ ਹੀ ਦਰਵਾਜ਼ਾ ਖੋਲ੍ਹਿਆ। ਜਦੋਂ ਖੋਲ੍ਹ ਕੇ ਅੰਦਰ ਜਾਂਦਾ, ਕੀ ਦੇਖਦਾ, ਘਰ ਵਾਲੀ ਰੋਟੀਆਂ ਬਣਾ ਰਹੀ ਹੈ। ਫਿਰ ਅੰਦਰ ਦੇਖਦਾ, ਉੱਥੇ ਸਬਜ਼ੀ ਵੀ ਬਣੀ ਪਈ ਹੈ। ਹੁਣ ਫਿਰ ਦੇਖਦਾ, ਚਾਰੇ ਪਾਸੇ ਦੇਖਦਾ, ਰਸੋਈ 'ਚ ਆਟਾ ਵੀ ਪਿਆ, ਦਾਲਾਂ ਵੀ ਪਈਆਂ, ਰਸੋਈ 'ਚ ਚਾਵਲ ਵੀ ਪਏ ਹੈ, ਘੀ ਵੀ ਪਿਆ। ਪੁੱਛਣ ਲੱਗਿਆ ਘਰ ਵਾਲੀ ਨੂੰ ਕਿ ਇਹ ਸਮਾਨ ਕਿੱਥੋਂ ਆਇਆ, ਕਿੱਦਾਂ ਆਇਆ। ਜ਼ਰਾ ਗੌਰ ਕਰਨਾ ਕਿ ਮਾਲੀ ਬਾਗ ਦੀ ਰਾਖੀ ਕਰਦਾ ਹੈ, ਫਲ ਕੱਚੇ ਹੋਣ ਭਾਵੇਂ ਪੱਕੇ, ਉਹ ਪੀਰ ਮੁਰੀਦਾਂ ਦੇ ਸਿਰ 'ਤੇ ਰਹਿੰਦਾ ਹੈ, ਭਾਵੇਂ ਝੂਠੇ ਹੋਣ ਅਤੇ ਭਾਵੇਂ ਸੱਚੇ। ਹੁਣ ਜਦੋਂ ਪੁੱਛਿਆ ਨਾ ਕਿ ਕਿੱਥੋਂ ਆਇਆ, ਅਤੇ ਅੱਗੋਂ ਹੁਣ ਘਰ ਵਾਲੀ ਦੇ ਅੱਖਾਂ 'ਚ ਹੰਝੂ ਹੈ, ਔਰ ਹੰਝੂ ਭਰ ਕੇ ਕਹਿੰਦੀ ਕਿ ਤੁਹਾਡਾ ਮਾਲਕ ਤਾਂ ਵਾਕਈ ਬੜਾ ਚੰਗਾ। ਹੁਣ ਉਹ ਸੋਚਾਂ 'ਚ ਪੈ ਗਿਆ, ਕਹਿੰਦਾ ਜੀ ਮੇਰਾ ਮਾਲਕ? ਤਾਂ ਘਰ ਵਾਲੀ ਕਹਿੰਦੀ 2 ਭਰਾ ਆਏ ਸੀ, ਅਤੇ ਆ ਕੇ ਪਤਾ ਕੀ ਕਹਿੰਦੇ, ਜ਼ਰਾ ਗੌਰ ਕਰੋ, ਕਹਿੰਦੇ ਉਹ ਜਿੱਥੇ ਤੇਰਾ ਘਰ ਵਾਲਾ ਭੈਣੇ ਨੌਕਰੀ ਕਰਨ ਜਾਂਦਾ ਹੈ ਨਾ, ਉਹਨਾਂ ਮਾਲਕਾਂ ਨੇ ਆ ਸਮਾਨ ਭੇਜਿਆ। ਨਾਲੇ ਕਹਿੰਦੇ ਜਾਂਦੇ ਜਾਂਦੇ ਹੋਰ ਇੱਕ ਗੱਲ ਕਹਿ ਕੇ ਗਏ ਹੈ ਕਿ ਆਪਣੇ ਘਰ ਵਾਲੇ ਨੂੰ ਕਹਿ ਦੀ ਕਿ ਉਹ ਸਾਡੀ ਨੌਕਰੀ ਕਰਨਾ ਨਾ ਛੱਡੇ, ਅਤੇ ਅਸੀਂ ਉਸਦਾ ਹੱਕ ਦੇਣਾ ਨਹੀਂ ਛੱਡਾਂਗੇ। ਸੋ ਜ਼ਰਾ ਗੌਰ ਕਰੋ ਬਾਬਾ ਜੀ, ਤੁੱਕੇ ਨੂੰ ਬਣਾ ਦਿੰਦਾ ਤੀਰ ਮੇਰਾ ਪੀਰ, ਤੁੱਕੇ ਹੀ ਤਾਂ ਲਾਈ ਜਾਂਦਾ ਸੀ, ਯਕੀਨ ਸੀ ਪਰ ਉਹ ਤੀਰ ਬਣ ਗਿਆ, ਪਾਣੀ ਸੀ ਖੀਰ ਬਣ ਗਈ। ਤੁੱਕੇ ਨੂੰ ਬਣਾ ਦਿੰਦਾ ਤੀਰ ਮੇਰਾ ਪੀਰ, ਮੇਰੀ ਸ਼ੁਰੂਆਤ ਅਤੇ ਅਖੀਰ ਮੇਰਾ ਪੀਰ। ਜਦੋਂ ਕੋਈ ਰੱਬ ਦਾ ਪਿਆਰਾ, ਉਸਨੂੰ ਮੰਨਣ ਵਾਲਾ, ਸੱਚਾ, ਜਦੋਂ ਉਹਦੀ ਨੌਕਰੀ ਕਰਦਾ ਹੈ ਨਾ, ਜਦੋਂ ਉਹਦੇ ਰਾਹ 'ਤੇ ਚੱਲਦਾ ਹੈ, ਜਦੋਂ ਉਸਦੇ ਯਕੀਨ ਰੱਖ ਕੇ ਕਹਿ ਦਿੰਦਾ ਹੈ ਕਿ ਸਾਈਂ ਜੀ ਤੇਰੇ ਨੌਕਰ ਹਾਂ, ਤੁਹਾਡੇ ਕੋਲੋਂ ਹੀ ਸਾਰਾ ਕੁਛ ਲੈਣਾ, ਔਰ ਜਿਹੜੇ ਉਹਨਾਂ ਦੇ ਦਰ ਦੇ ਫੁੱਲ ਹੈ ਨਾ, ਉਹ ਫਿਰ ਮਾਲੀ ਆਪ ਬਣ ਕੇ ਉਹਨਾਂ ਨੂੰ ਮੁਰਝਾਉਣਿਓਂ ਬਚਾਉਂਦਾ, ਮੁਰਝਾਉਣ ਤੋਂ ਬਚਾਉਂਦੇ ਨੇ ਬਾਬਾ ਜੀ। ਕਿਉਂਕਿ ਪਹਿਲਾਂ ਅਤੇ ਅਖੀਰ ਉਹ ਦੋਵੇਂ ਚੀਜ਼ਾਂ ਨਹੀਂ ਦੇਖਦਾ, ਦੇਣ ਵਾਲਾ ਕਿਸੇ ਦੀ ਜਗੀਰ ਨਹੀਂ ਦੇਖਦਾ। ਸੋ ਸਾਈਂ ਲਾਡੀ ਸ਼ਾਹ ਸਰਕਾਰ ਜੀ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ। ਸਾਈਂ ਜੀ ਤੁਹਾਡੇ ਸਾਰਿਆਂ ਦੀਆਂ ਨੇਕ ਮੁਰਾਦਾਂ ਪੂਰੀਆਂ ਕਰਨ, ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ, ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਾਹ ਬੜੀ ਜੀ। ਸਲਾਮ ਯਾ ਮੀਰਾ ਗੌਸਲੇ ਆਜ਼ਮ ਦਸਤਗੀਰ ਜੀ, ਗੁਰੂਆਂ, ਪੀਰਾਂ, ਰਹਿਬਰਾਂ, ਫਕੀਰਾਂ, ਸੰਤ ਮਹਾਤਮਾ, ਸਾਈਂ ਲੋਕਾਂ,
ਸਾਰਿਆਂ ਨੂੰ ਪ੍ਰਣਾਮ ਹੈ, ਬਾਬਾ ਜੀ ਸਭ ਨੂੰ ਸਲਾਮ ਹੈ, ਖੁਸ਼ ਰਹੋ, ਆਬਾਦ ਰਹੋ।